ਲਓ ਜੀ ਜੋਧਾ ਵੀਰ ਆਪਣਾ ਤਵੀਆਂ ਬੰਦ ਕਰਨ ਡਿਆ ਹੁਣ ਅਸੀਂ ਦੂਜੇ ਪੜਾਅ ਨੂੰ ਚੱਲਾਂਗੇ ਕੰਮ ਇੱਦਾਂ ਹੀ ਚੱਲੀ ਜਾਣੇ ਜੱਟਾਂ ਦੇ ਹੋਰ ਕੀ ਆ ਕਦੀ ਬੰਦ ਕਰ ਲਈਆਂ ਕਦੀ ਖੋਲ੍ਹ ਲਈਆਂ ਜਾਂ ਤਾਂ ਕਦੀ ਕੁਰਸੀ ਦੇ ਉੱਤੇ ਬਹਿਣਾ ਨਹੀਂ ਕਦੀ ਜੋਧਿਆ ਖੋਲ੍ਹਦੇ ਤਵੀਆਂ ਕਦੀ ਜੋਧਿਆ ਭਰਦੇ ਬੰਦ ਇਹ ਵੀ ਵੀਰ ਮੇਰਾ ਅੱਕ ਜਾਂਦਾ ਯਾਰ ਤੁਸੀਂ ਕਦੀ ਖੁਲਾ ਲੈਂਦੇ ਕਦੀ ਬੰਦ ਕਰਾ ਲੈਂਦੇ ਪਰ ਥੋੜ੍ਹਾ ਠੰਡੇ ਸੁਭਾਅ ਦਾ ਲੱਗਾ ਆਉਂਦਾ ਵਾ ਚਲੋ ਅੰਦਰੋਂ ਗੁੱਸਾ ਕਰਦਾ ਉਹ ਕੋਈ ਗੱਲ ਨਹੀਂ ਵੱਡਾ ਵੀਰ ਆਪਣਾ ਆਪਦਾ ਟਿਕਟ ਡੱਕ ਕੇ ਤਵੀਆਂ ਤਵੀਆਂ ਬੰਦ ਕਰਾਉਣ ਡਿਆ ਹੁਣ ਅਤੇ ਮੁੜ ਕੇ ਅਸੀਂ ਜਾਵਾਂ ਅਗਲੇ ਚੱਲ ਜਾ ਪਲਾ ਪਲਾਟ ਤਾਂ ਅਸੀਂ ਕਰਦਾ ਚਾਲੂ ਜਵਾਨੋ ਸਵੇਰੇ ਬੀਜਾਂਗੇ ਮੂੰਗੀ ਇਹਦੇ 'ਚ ਵੇਖੋ ਹੁਣ ਮੂੰਗੀ ਹੁੰਦੀ ਹੈ ਕੀ ਹਿਸਾਬ ਕਿਤਾਬ ਹੁਣ ਤੁਰ ਪਏ ਅਸੀਂ ਅਗਲੇ ਪੜਾਅ ਨੂੰ ਜਾ ਕੇ ਵੇਹਨੇ ਉਹ ਕਲੀ ਦਾ ਕੀ ਹਾਲਤ ਆ ਉਹਨੇ ਹੁਣ ਅੱਗੇ ਲਾ ਲਿਆ ਕਹਿੰਦਾ ਪਿਛਲੀ ਯਾਰ ਮੇਰੀ ਵੀਡੀਓ ਤੂੰ ਪਿੱਛੇ ਬਣਾਈ ਹੁਣ ਅਸੀਂ ਲਾਉਣਾ ਅੱਗੇ ਚਲੋ ਮੈਂ ਕਿਹਾ ਚੱਲ ਵੀਰ ਤੂੰ ਅੱਗੇ ਲਾ ਲਾ ਟਿਕਟ ਅਸੀਂ ਪਿੱਛੇ ਲਾ ਲੈਂਦੇ ਹਾਂ ਅਤੇ ਹੁਣ ਜਾਂਦੇ ਅਗਲੇ ਪਾਸੇ ਉਹ ਬੰਦ 'ਤੇ ਚੜ੍ਹਾ ਕੇ ਮੁੜ ਕੇ ਅਸੀਂ ਕਰਾਂਗੇ ਵੀਡੀਓ ਬੰਦ ਆ ਕੱਚਾ ਰਸਤਾ ਦੋਵੇਂ ਬੰਨੇ ਕਣਕ ਥੋੜ੍ਹੀ ਥੋੜ੍ਹੀ ਹਲਕੀ ਆ ਅਤੇ ਜਾਣ ਡਏ ਹਾਂ ਹੋਰ ਆ ਗਿਆ ਜੀ ਅਸੀਂ ਦੂਜਾ ਖੇਤ ਹੜ ਦੇ ਨਾਲ ਇੰਜਣ ਪੁੱਠਾ ਪਿਆ ਵਾ ਇਹਨੂੰ ਵੀ ਸਿੱਧਾ ਕਰਨਾ ਅੱਜ ਅਸੀਂ ਹੁਣ ਇਹਦੇ ਨਾਲ ਮੋਰਚਾ ਲਾਉਣੇ ਜਾ ਕੇ ਇਹ ਜਦੋਂ ਆ ਐਰਕੀ ਹੜ ਆਇਆ ਤੀਜ ਦੇ ਵਿੱਚ ਉਹਨੇ ਪੈਲੀਆਂ ਖਰਾਬ ਕਰਤੀਆਂ ਲਓ ਜੀ ਸਾਡੇ ਵੀਰ ਰਣਜੋਤ ਸੰਧੂ ਨੇ ਟਰੈਕਟਰ ਲਾ ਤਾ ਥੱਲੇ ਮੈਂ ਬਥੇਰਾ ਆਖਿਆ ਵੀ ਹਲ ਹੁਲ ਲਾ ਲਾ ਨਹੀਂ ਇਹ ਹਲ ਲਾ ਗਿਆ ਆਪਾਂ ਤਾਂ ਫੜੂੰਗੀ ਪਈ ਆ ਫੜੂੰਗਣੀ ਕੀ ਫੜੂੰਗੀ ਫੜੂੰਗੀ 'ਚ ਆਪ ਥੱਲੇ ਲੈ ਗਿਆ ਹੁਣ ਟਰੈਕਟਰ ਥੱਲੇ ਲਾ ਤਾ ਹੁਣ ਕੱਢਦੇ ਇਹਨੂੰ ਟੋਚਨ ਟਾਚਨ ਪਾ ਕੇ ਇਹੋ ਜਿਹੇ ਕਮਲ ਬੜੇ ਕਤਾਉਂਦਾ ਹੀ ਇਹ ਖਬੋ ਕੇ ਮੁੜ ਕੇ ਦੰਦ ਕੱਢੀ ਜਾਂਦਾ ਹੱਸ ਹੱਸ ਕੇ ਅਤੇ ਮੈਂ ਵੇਖੋ ਸਾਰਾ ਥੱਲੇ ਲੱਗ ਗਿਆ ਟਰੈਕਟਰ ਹੁਣ ਅਸੀਂ ਪਾ ਲਿਆ ਟੋਚਣ ਇਹਨੂੰ ਕੱਢ ਲਿਆ ਬਾਹਰ ਅਤੇ ਹੁਣ ਅਸੀਂ ਹੜ ਲਾਵਾਂਗੇ ਹੁਣ ਮੈਨੂੰ ਗਾਲਾਂ ਕੱਢਣ ਡਿਆ ਤੂੰ ਆਪ ਭਰਾਵਾ ਵਾਲਾ ਮੈਂ ਨਹੀਂ ਵਾਹੁਣਾ ਮੇਰੇ ਤੋਂ ਖੁਭ ਜਾਂਦਾ ਲਾਤਾ ਅਸੀਂ ਹੜਾਂ ਤੋਂ ਬਗੈਰ ਜੋਧਰਾ ਲਾਤਾ ਵਗਿਆ ਕਰਕੇ ਨਾ ਟਰੈਕਟਰ ਜਿਹਾ ਕਦਮ ਬਹਿ ਜਾਂਦਾ ਨੂਪੀ ਜੀ ਬਈ ਫੋਲ ਫੜ ਕੇ ਪਹਿਲਾਂ ਖਾਲੀ ਲੀਆਂ ਕੱਢਾਂਗੇ ਖਾਲੀ ਲੀਆਂ ਕੱਢ ਕੇ ਉਹ ਟਰੈਕਟਰ ਡੱਕਦਾ ਸਾਈਡ 'ਤੇ ਉਹਨੇ ਗੋਰ ਵੀ ਹਲ ਭਾਰੇ ਕਰਕੇ ਥੱਲੇ ਖੁੱਭ ਜਾਂਦਾ ਵਾ ਅਤੇ ਹੁਣ ਅਸੀਂ ਇਹਨੂੰ ਬਣਾ ਕੇ ਉਹ ਵੇਖੋ ਹੁਣ ਟਰੈਕਟਰ ਜਿੱਦਾਂ ਖਾਲੀ ਤੁਰਿਆ ਜਾਂਦਾ ਥੱਲੇ ਧੱਸ ਜਾਂਦਾ ਇਹਨੂੰ ਪੀ ਜੀ ਬਈ ਆ ਲਾਈ ਜਾਂਦਾ ਘੋੜਾ ਜੀ ਹੋਰ ਵੇਖੋ ਹੁਣ ਜਾਂਦਾ ਸਿਰੇ ਕਿ ਨਹੀਂ ਅਤੇ ਆ ਵੇਖੋ ਪੂਰੇ ਜੁੱਧਾਂ ਨਾਲ ਹੁਣ ਇੱਕ ਵਾਰ ਇਹਨੂੰ ਫੋਲ ਫਲ ਕੇ ਜਾਵਾਂਗੇ ਫਿਰ ਹੀ ਕੰਮ ਚੱਲਣਾ ਇੱਦਾਂ ਦੇ ਇਹਦੇ ਵੱਲ ਕਿੰਨਾ ਚਿਰ ਵੇਖਾਂਗੇ ਇਹਨੂੰ ਇਹਦੇ ਨਾਲ ਮੱਥਾ ਮਾਰਨਾ ਹੀ ਪੈਣਾ ਹੁਣ ਸਾਨੂੰ ਇਹਦੇ ਨਾਲ ਪੈਲੀ ਵਾਹਵਾ ਖਰਾਬ ਹੋ ਗਈ ਹੁਣ ਬੂਟੀ ਜੀ ਹੋ ਗਈ ਆ ਪੱਧਰ ਪੁੱਧਰ ਕਰਨ ਵਾਲੀ ਆ ਇੱਥੇ ਪਾਣੀ ਪੂਣੀ ਵਗਦੇ ਰਹੇ ਸਾਰੇ ਕਰਕੇ ਇਹਨੂੰ ਸੈੱਟ ਸੁੱਟ ਅੱਜ ਵਾਹ ਜਾਂਦੇ ਹਾਂ ਅਤੇ ਤਿੰਨਾਂ ਚੌਵਾਂ ਦਿਨਾਂ ਨੂੰ ਆਵਾਂਗੇ ਫਿਰ ਇਹਨੂੰ ਕਰਕੇ ਜਾਵਾਂਗੇ ਸੈੱਟ ਸੁੱਟ ਨੂੰ ਪਲੋ ਕਰਕੇ ਪੱਧਰ ਕਰਾਂਗੇ ਪੈਲੀ ਇਹਚੋਂ ਇਹ ਖਾਲੀ ਟਰੈਕਟਰ ਬਹੁਤ ਔਖਾ ਤੁਰਨਾ ਇੱਕ ਵਾਰ ਜਦੋਂ ਖਾਲੀ ਲੰਘ ਗਿਆ ਨਾ ਤਾਂ ਫਿਰ ਇਹਦੇ ਵਿੱਚ ਟਰੈਕਟਰ ਸਰਦਾ ਚੱਲ ਜਾ ਕਰਨਾ ਜਦੋਂ ਮਰਜ਼ੀ ਇਹਦਾ ਬੜਾ ਕੰਮ ਇਹ ਮੰਡ ਦਾ ਇਹੋ ਕੰਮ ਖਪਾ ਬੜਾ ਹੁੰਦਾ ਚਲੋ ਲੱਗੇ ਉਹਨੇ ਟੱਕਰੇ ਆਵਾਂਗੇ ਕਰਦੇ ਹਾਂ ਅਤੇ ਦੇਖੋ ਕਿੰਨਾ ਕੁ ਟਾਈਮ ਲੱਗਦਾ ਰੌਲਾ ਪਾਈ ਜਾਂਦਾ ਜੋਧਾ ਮਿੰਟ ਮਾਰ ਲਾ ਯਾਰ ਛੇਤੀ ਚੱਲ ਆਪਾਂ ਸੌ ਕੰਮ ਕਰਨਾ ਮੈਂ ਹੁਣ ਵਾਹ ਕੇ ਤੇ ਫੇਰ ਹੀ ਚੱਲਾਂਗੇ ਵਾਹਿਗੁਰੂ ਦਾਦਾ ਮੇਰ ਕਰੇ ਲੋਕਾਂ ਨੇ ਪੈਲੀਆਂ ਪੂਲੀਆਂ ਮੱਕੀ ਮੁੱਕੀ ਬੀਜਤੀ ਆਡੀ ਰਹਿ ਗਈ ਆ ਥੋੜ੍ਹੀ ਮੱਕੀ ਲਾਉਣ ਵਾਲੀ ਇਹੋ ਖੱਤਾ ਰਹਿ ਗਿਆ ਬਾਕੀ ਅਸੀਂ ਤਕਰੀਬਨ ਬਣਾ ਬਣੂ ਲਈ ਆ ਅਤੇ ਹੁਣ ਇਹਨੂੰ ਖਾਲੀ ਖੁੱਲੀ ਫੇਰ ਤਾਂ ਜਦੋਂ ਫੇਰ ਇਹਨੇ ਸੁੱਕ ਜਾਣਾ ਫੇਰ ਇਹਨੂੰ ਪੱਧਰ ਕਰਾਂਗੇ ਅਤੇ ਪੱਧਰ ਕਰਕੇ ਇਹਦੇ ਢੀਂਜਣ ਬੀਜਾਂਗੇ ਇਹਦੇ ਵਿੱਚ ਐਰ ਕੀ ਢੀਂਜਣ ਬੀਜ ਦਾਂਗੇ ਗਾਂਹ ਕਿਤੇ ਕਰ ਲਾਂਗੇ ਹੋਰ ਕੋਈ ਹਿਸਾਬ ਕਿਤਾਬ ਹੋਰ ਵੀ ਆ ਲੱਗੀ ਜਾਣੇ ਆ 605 ਮਹਾਂ ਲਿਫਟ
ਦੂਜਾ ਟ੍ਰੈਕਟਰ ਖਲੋਤਾ ਲਾਈ ਜਾਂਦਾ ਸਾਣ ਜੱਟ ਜੋਰ ਤੇ ਖਿੱਚੀ ਆਉਂਦਾ ਕੰਮ ਨੂੰ ਬਣਾ ਨੂੰ ਪੈਲੀ ਦਾ ਮੋਰ ਲੋ ਜੀ ਹੁਣ ਕੋਈ ਨੀ ਲਾਈ ਜਾਂਦੇ ਜੋਰ ਆਪਾਂ ਚਲੋ ਕੋਈ ਨੀ ਖੇਡਦੇ ਹਾਂ ਕੋਈ ਨੀ ਭਾਜੀ ਹੁਣ ਬਾਕੀ ਮਿਲਦੇ ਭਲਕੇ।